ਇਸ ਵਕਤ ਅਸੀਂ ਮੌਜੂਦ ਹਾਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੂਵਾਲ ਟੋਲ ਪਲਾਜ਼ਾ ਜੋ ਲੁਧਿਆਣਾ ਦੇ ਕੋਲ ਸਥਿਤ ਹੈ। ਦੱਸ ਦਈਏ ਕਿ ਜੋ ਟੋਲ ਪਲਾਜ਼ੇ ਨੇ ਭਾਰਤ ਦੇ ਵਿੱਚ ਉਹਨਾਂ ਦੇ ਰੇਟ ਜੋ ਅੱਜ ਵਿੱਤੀ ਵਰਸ਼ 2024 ਅਤੇ 25 ਦੇ ਵਿੱਚ ਵਧਣੇ ਸੀਗੇ। ਦੱਸ ਦਈਏ 31 ਰਾਤ ਅਤੇ 1 ਅਤੇ 31 ਦੀ ਰਾਤ ਨੂੰ ਜੋ 12 ਵਜੇ ਤੋਂ ਬਾਅਦ ਹੈ ਜੋ ਰੇਟ ਸੀਗੇ ਟੋਲ ਪਲਾਜ਼ਿਆਂ ਦੇ ਉਹ ਵਧਣੇ ਸੀਗੇ, ਪਰ ਜੋ ਆਉਣ ਵਾਲੇ ਲੋਕ ਸਭਾ ਚੁਣਾਵ ਨੇ ਲੋਕ ਸਭਾ ਚੁਣਾਵਾਂ ਕਰਕੇ ਜੋ ਰੇਟ ਨੇ ਫਿਲਹਾਲ ਜੋ ਇਲੈਕਸ਼ਨ ਕਮਿਸ਼ਨ ਆ ਉਹਨਾਂ ਵੱਲੋਂ ਜੋ ਇਸ 'ਤੇ ਰੋਕ ਲਗਾ ਦਿੱਤੀ ਹੈਗੀ। ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਆਉਣ ਅਗਲੀਆਂ ਹੁਕਮਾਂ ਤੱਕ ਜੋ ਰੇਟਸ ਨੇ ਉਹ ਪੁਰਾਣੇ ਦੇ ਵਾਂਗ ਹੀ ਚੱਲਦੇ ਰਹਿਣਗੇ। ਦਿਖਾ ਦਈਏ ਇੱਕ ਵਾਰੀ ਰੇਟ ਲਿਸਟ ਤੁਹਾਨੂੰ ਦਿਖਾ ਦਈਏ ਜੋ ਕਿ ਪੁਰਾਣੇ ਸੀਗੀ। ਜੋ ਨਵੀਂ ਰੇਟ ਲਿਸਟ ਸੀਗੀ ਉਸ ਦੇ ਵਿੱਚ ਜੋ 2 ਤੋਂ 5% ਇਜਾਫਾ ਜੋ ਪੂਰੇ ਭਾਰਤ ਦੇ ਟੋਲ ਪਲਾਜ਼ਿਆਂ ਦੇ ਵਿੱਚ ਜੋ ਟੈਕਸ ਦੇ ਉੱਤੇ ਹੋਣਾ ਸੀਗਾ ਜੋ ਇਜਾਫਾ ਫਿਲਹਾਲ ਨਹੀਂ ਹੋ ਰਿਹਾ ਪਿਆ। ਉਸੇ ਤਰ੍ਹਾਂ ਪੁਰਾਣੇ ਜੋ ਰੇਟ ਨੇ ਪੁਰਾਣੇ ਰੇਟਾਂ ਵਾਂਗੂ ਹੀ ਜੋ ਨਵੇਂ ਰੇਟ ਚੱਲਣਗੇ। ਫਿਲਹਾਲ ਜੋ ਵਿੱਤ ਵਰਸ਼ੀ 2024 ਅਤੇ 25 ਦੇ ਵਿੱਚ ਜੋ ਇਹਨਾਂ ਰੇਟਾਂ ਦੇ ਵਿੱਚ 2 ਤੋਂ 5% ਵਾਧਾ ਹੋਣਾ ਸੀ, ਜਿਸ ਕਾਰਨ ਜੋ ਇਹਨਾਂ ਦੇ ਰੇਟ ਨੇ ਜਿੱਦਾਂ 215 ਵੈ ਅਤੇ ਅਪ ਡਾਊਨ ਦਾ 325 ਹੈ ਅਤੇ ਇਹ ਬਦਲ ਕੇ ਹੋ ਜਾਣਾ ਸੀ 330 ਜਾਂ 335 ਹੋ ਜਾਣਾ ਸੀ, 5 ਤੋਂ 10 ਰੁਪਏ ਹੋਰ ਵੱਧ ਜਾਣਾ ਸੀ। ਪਹਿਲੇ ਹੀ ਇਹ ਟੋਲ ਪਲਾਜ਼ਾ ਵੈ ਜਿਹੜਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਵੈ, ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਵੈ, ਪਰ ਜੋ ਰੇਟਸ ਨੇ ਪਹਿਲੇ ਹੀ ਬਹੁਤ ਮਾਰ ਕਰਦੇ ਨੇ ਲੋਕਾਂ ਦੀ ਜੇਬ 'ਤੇ। ਪਰ ਹੁਣ ਜੋ ਨਵੇਂ ਹੁਕਮ ਸੀ ਉਹਨਾਂ ਅਨੁਸਾਰ 2 ਤੋਂ 5% ਵਾਧਾ ਹੋਣਾ ਸੀ, ਜਿਸ ਕਰਕੇ ਜੋ ਜ਼ਿਆਦਾ ਇਸ ਜੋ ਲੋਕਾਂ ਦੀ ਜੇਬ ਦੇ ਉੱਤੇ ਜ਼ਿਆਦਾ ਵਾਰ ਹੋਣਾ ਸੀ। ਪਰ ਜੋ ਇਲੈਕਸ਼ਨ ਕਮਿਸ਼ਨ ਆਗਾਮੀ ਲੋਕ ਸਭਾ ਚੁਣਾਵਾਂ ਕਰਕੇ ਇਲੈਕਸ਼ਨ ਕਮਿਸ਼ਨ ਵੱਲੋਂ ਹੁਕਮ ਜਾਰੀ ਹੁੰਦੇ ਨੇ ਕਿ ਜੋ ਆਉਣ ਵਾਲੇ ਜੋ ਚੋਣ ਹੈ ਉਹਨਾਂ ਦੇ ਮੱਦੇਨਜ਼ਰ ਜੋ ਪੂਰੇ ਭਾਰਤ ਦੇ ਵਿੱਚ ਪੰਜਾਬ ਹਰਿਆਣਾ ਸਮੇਤ ਕਿਸੇ ਵੀ ਟੋਲ ਪਲਾਜ਼ੇ ਦੇ ਜੋ ਰੇਟ ਨੇ ਉਹ ਨਹੀਂ ਵਧਣਗੇ, ਪੁਰਾਣੇ ਰੇਟਾਂ ਵਾਂਗ ਹੀ ਰੇਟ ਰਹਿਣਗੇ। ਇੱਕ ਵਾਰੀ ਫਿਰ ਦੱਸ ਦਈਏ ਕਿ 2 ਤੇ 5% ਵਾਧਾ ਜੋ ਟੋਲ ਪਲਾਜ਼ਿਆਂ ਦੇ ਰੇਟਾਂ ਦੇ ਵਿੱਚ ਹੋਣਾ ਸੀ ਪੂਰੇ ਭਾਰਤ ਦੇ ਵਿੱਚ, ਜੋ ਕਿ ਨਹੀਂ ਹੋਇਆ। ਆਉਣ ਵਾਲੇ ਵਿੱਤੀ ਵਰਸ਼ ਦਾ ਵਿੱਤੀ ਵਰਸ਼ 2024 ਅਤੇ 25 ਦੇ ਹੁਕਮ ਸੀ ਕਿ 2024 ਅਤੇ 25 ਦੇ ਵਿੱਚ ਟੋਲ ਪਲਾਜ਼ਿਆਂ ਦੇ ਵਿੱਚ ਵਾਧਾ ਹੋਵੇਗਾ, ਰੇਟਾਂ ਦੇ ਵਿੱਚ ਵਾਧਾ ਹੋਵੇਗਾ, ਪਰ ਵਾਧਾ ਨਹੀਂ ਹੁੰਦਾ। ਆਗਾਮੀ ਲੋਕ ਸਭਾ ਚੁਣਾਵ 2024 ਜਿਹੜੇ ਉਹਨਾਂ ਕਰਕੇ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲੱਗੀ ਹੋਈ ਹੈ, ਚੋਣ ਜ਼ਾਬਤਾ ਲੱਗਣ ਦੇ ਕਾਰਨ ਜੋ ਵਾਧਾ ਹੈ ਇਸ ਵਕਤ ਟੈਕਸਾਂ ਦੇ ਵਿੱਚ ਨਹੀਂ ਹੋ ਰਿਹਾ ਪਿਆ ਵਾ। ਸਭ ਤੋਂ ਮਹਿੰਗੇ ਟੋਲ ਪਲਾਜ਼ੇ ਦੇ ਵਿੱਚ ਮੌਜੂਦ ਹੈ। ਦੱਸ ਦਈਏ ਕਿ ਇੱਥੇ ਜੋ ਰੇਟਸ ਨੇ ਪਹਿਲੀ ਬਹੁਤ ਜ਼ਿਆਦਾ ਵੈ, ਲੋਕਾਂ ਦੀ ਜੇਬ 'ਤੇ ਪਹਿਲੀ ਬਹੁਤ ਜ਼ਿਆਦਾ ਮਾਰੂ ਨੇ, ਫਿਰ ਵੀ ਜੋ ਰੇਟਸ ਵਧਾਉਣ ਜਾ ਰਹੇ ਪਏ ਸੀਗੇ, ਜਿਸ ਨਾਲ 5 ਤੋਂ 10 ਜਾਂ 15 ਰੁਪਏ ਤੱਕ ਦਾ ਵਾਧਾ ਹੋਣਾ ਸੀ, ਪਰ ਜੋ ਉਹਨਾਂ ਵਾਧਾ ਵੈ ਉਹਨਾਂ ਵਾਧਾ ਨਹੀਂ ਹੋਵੇਗਾ, ਪੁਰਾਣੇ ਰੇਟਾਂ ਵਾਂਗ ਹੀ ਰੇਟ ਰਹਿਣਗੇ ਜਦੋਂ ਤੱਕ ਚੋਣ ਕਮਿਸ਼ਨ ਦੇ ਅਗਲੇ ਹੁਕਮਾਂ ਤੱਕ ਜੋ ਇਹ ਰੇਟਸ ਹੈ ਇਹ ਜੋ ਪੁਰਾਣੇ ਰੇਟਾਂ ਵਾਂਗ ਹੀ ਰਹਿਣਗੇ। ਸੋ ਜੁੜੇ ਰਹੋ ਸਾਡੇ ਨਾਲ ਇਸ ਅਪਡੇਟ 'ਤੇ ਰਹੀ, ਹੋਰ ਅਪਡੇਟਸ ਲਈ ਧੰਨਵਾਦ।